ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਸਾਡਾ ਕੁਸ਼ਚਨ ਹੈਗਾ ਹੈ, ਫਾਈਂਡ ਦੀ ਮੋਡ ਐਂਡ ਮੀਡੀਅਨ ਆਫ ਦੀ ਡਾਟਾ। ਸਾਨੂੰ ਡਾਟਾ ਗਿਵਨ ਆ, ਕੀ ਕਰਨਾ, ਇਸ ਡਾਟਾ ਦਾ ਮੋਡ ਤੇ ਮੀਡੀਅਨ ਫਾਈਂਡ ਕਰਨਾ। ਠੀਕ ਹੈ ਜੀ, ਦੁਬਾਰਾ ਦੇਖਣਾ ਤੁਹਾਡੇ ਕੋਲ ਮੋਡ ਹੁੰਦਾ ਕੀ ਹੈ। ਮੋਡ ਹੁੰਦਾ ਹੈ ਆਬਜ਼ਰਵੇਸ਼ਨ ਦੈਟ ਓਕਰਡ ਮੋਸਟ ਨੰਬਰ ਆਫ ਟਾਈਮਸ। ਠੀਕ ਹੈ ਜੀ, ਤੇ ਮੀਡੀਅਨ ਸਾਡਾ ਕੀ ਹੁੰਦਾ, ਮੀਡੀਅਨ ਹੁੰਦਾ ਸਾਡਾ ਮਿਡਲ ਆਬਜ਼ਰਵੇਸ਼ਨ। ਠੀਕ ਹੈ ਜੀ, ਦੇਖੋ ਸਭ ਤੋਂ ਪਹਿਲਾਂ ਅਸੀਂ ਕਰਦੇ ਡਾਟਾ ਨੂੰ ਆਪਣੇ ਅਸੈਂਡਿੰਗ ਆਰਡਰ ਲਿਖ ਲੈਂਦੇ ਹਾਂ। ਠੀਕ ਹੈ, ਆਬਜ਼ਰਵੇਸ਼ਨਸ ਇਨ ਅਸੈਂਡਿੰਗ ਆਰਡਰ। ਠੀਕ ਹੈ, ਸਭ ਤੋਂ ਸਮਾਲੈਸਟ ਸਾਡੇ ਕਿੰਨਾ, 12। ਠੀਕ ਹੈ ਜੀ, 12 ਕਿੰਨੀ ਵਾਰ ਅਗਰ ਕਰ ਰਹੇ ਹਾਂ, 1 ਟਾਈਮ 2 ਟਾਈਮ। ਠੀਕ ਹੈ ਜੀ, 12,12 ਫਿਰ 13, 1 ਟਾਈਮ 1 ਟਾਈਮ 2 ਟਾਈਮਸ। ਠੀਕ ਹੈ ਜੀ, ਤੇ 13,13 ਫਿਰ ਅਗਲਾ ਕਿੰਨਾ, 14, 1 ਟਾਈਮ 2 ਟਾਈਮ 3 ਟਾਈਮਸ, ਥੇਅਰਫੋਰ 14,14,14। ਠੀਕ ਹੈ ਜੀ, ਨੈਕਸਟ ਹੈਗਾ ਸਾਡੇ ਕੋਲ 15 ਹੈ, ਨਹੀਂ 16, ਓਨਲੀ 1 ਟਾਈਮ। ਫਿਰ ਹੈਗਾ ਸਾਡੇ ਕੋਲ ਅਗਲਾ 19। ਠੀਕ ਹੈ ਜੀ, 19। ਠੀਕ ਹੈ, ਇਹਦਾ ਸਾਡੇ ਕੋਲ ਹੈਗਾ ਇਹ ਤਾਂ ਵੱਡਾ, ਨਹੀਂ। ਟੋਟਲ ਕਿੰਨੀ ਸੀ ਹੈ, 1, 2, 3, 4, 5, 6, 7, 8, 9, 9 ਸਾਡੇ ਕੋਲ। ਇਹ ਕਿੰਨੀ ਆ, 1, 2, 3, 4, 5, 6, 7, 8, 9, 9 ਸਾਡੇ ਕੋਲ। ਦੇਖੋ ਇਹ ਵੀ ਸਾਡੇ ਕੋਲ 3, 3, 6, 3, 9। ਠੀਕ ਹੈ ਜੀ, ਕਿਉਂਕਿ ਕਨਫਰਮ ਤਾਂ ਕਰਦੇ ਸਾਡੇ ਕੋਈ ਐਂਟਰੀ ਕੋਈ ਲੈ ਰਹਿ ਨਾ ਜਾਵੇ। ਠੀਕ ਹੈ ਜੀ, ਤੇ ਹੁਣ ਸਭ ਤੋਂ ਪਹਿਲਾਂ ਅਸੀਂ ਕੀ ਫਾਈਂਡ ਕਰਨਾ ਹੈ, ਮੋਡ। ਮੋਡ ਦਾ ਮਤਲਬ ਕੀ ਹੈ, ਆਬਜ਼ਰਵੇਸ਼ਨ ਦੈਟ ਅਕਰਡ ਮੋਸਟ ਨੰਬਰ ਆਫ ਟਾਈਮਸ। ਠੀਕ ਹੈ ਜੀ, ਇਹ 2 ਟਾਈਮਸ ਹੈ, ਇਹ ਵੀ 2 ਟਾਈਮਸ ਹੈ, ਇਹ ਕਿਹੜਾ ਕਿਹਨਾ ਹੈ, 3 ਟਾਈਮਸ। ਠੀਕ ਹੈ ਜੀ, ਤੇ ਉਹ ਮੋਡ ਕਿੰਨਾ ਆ ਗਿਆ ਸਾਡੇ ਕੋਲ, 14। ਠੀਕ ਹੈ ਜੀ, ਨੈਕਸਟ ਅਸੀਂ ਕੀ ਫਾਈਂਡ ਕਰਨਾ ਹੈ, ਮੀਡੀਅਨ। ਮੀਡੀਅਨ ਦਾ ਮਿਡਲ ਮੋਸਟ ਟਰਮ। ਟੋਟਲ ਨੰਬਰ ਆਫ ਟਰਮਸ ਕਿੰਨੇ ਸਾਡੇ ਕੋਲ ਤੇ ਆਈਆਂ, 9, ਤੇ ਮਤਲਬ 4 ਇੱਥੇ ਤੇ ਲੀਵ ਕਰੋ, 1 2 3 4 4 ਇੱਧਰ ਤੇ, 1 2 3 4 ਤੇ ਜਿਹੜੀ ਇਹ ਟਰਮ ਸਾਡੇ ਕੋਲ ਹੈ, ਇਹ ਕਿਹੜੀ ਸਾਡੇ ਕੋਲ, ਮੀਡੀਅਨ। ਠੀਕ ਹੈ, ਥੇਅਰਫੋਰ ਮੀਡੀਅਨ ਇਜ਼ ਇਕੁਅਲ ਟੂ 40। ਠੀਕ ਹੈ ਜੀ, ਧੰਨਵਾਦ।